मेरी एज जी 57 ईयर से मैनू बाई चांस ਅਸੀਂ ਚੈੱਕ ਕੀਤਾ ਤੇ ਦਰਦ ਹੁੰਦਾ ਸੀ ਉਹਦੇ ਬਾਰੇ ਪਤਾ ਲੱਗਿਆ ਮੈਨੂੰ ਕੈਂਸਰ ਹੈ ਕਿੰਨੇ ਸਾਲ ਪਹਿਲਾਂ ਕੈਂਸਰ ਆ 2 ਸਾਲ ਪਹਿਲਾਂ ਮੇਰੇ ਕੋਲ ਪਤਾ ਲੱਗਿਆ ਸਾਨੂੰ 2 ਸਾਲ ਹੋ ਗਏ ਤੇ ਉਹਦੇ ਬਾਅਦ ਕੈਂਸਰ ਤੋਂ ਬਾਅਦ ਅਸੀਂ ਦੂਸਰਾ ਹਸਪਤਾਲ ਇਲਾਜ ਕਰਾਉਂਦੇ ਹਾਂ ਉਹ ਉਹਨਾਂ ਨੂੰ ਇਲਾਜ ਨਹੀਂ ਵਸ ਗਿਆ ਤੇ ਉਦੋਂ ਉਹਨਾਂ ਨੇ ਐਡਵਾਈਜ਼ ਕੀਤਾ ਕਿ ਤੁਹਾਡੀ ਲੱਤ ਕੱਟਣੀ ਪਏਗੀ ਪਰ ਬਾਈ ਚਾਂਸ ਅਸੀਂ ਫਿਰ ਅਜੇ ਡਾਕਟਰ ਰਜਤ ਗੁਪਤਾ ਨੇ ਕੰਟੈਕਟ ਕੀਤਾ ਕਿਸੇ ਨੇ ਦੱਸਿਆ ਸਾਨੂੰ ਤੇ ਅਸੀਂ ਇਹ ਸੋਚਣਾ ਕਿਹਾ ਸੀ ਮਤਲਬ ਪੂਰੀ ਕੋਸ਼ਿਸ਼ ਕਰਾਂ ਤੁਹਾਡੀ ਲੱਤ ਬਚਾਈ ਜਾਏ ਪਰ ਉਹਨਾਂ ਨੇ ਕੋਸ਼ਿਸ਼ ਕੀਤੀ ਔਰ ਮੇਰਾ ਆਪਰੇਸ਼ਨ ਕੀਤਾ ਸਕਸੈਸਫੁਲੀ ਹੋ ਗਿਆ ਮੇਰੀ ਲੱਤ ਪੂਰੀ ਤਰ੍ਹਾਂ ਬਚੀ ਮੈਂ ਬਿਲਕੁਲ ਠੀਕ ਹਾਂ ਉਹਦੇ ਬਾਅਦ ਜੋ ਕੀਮੋ ਆਪਰੇਸ਼ਨ ਵਗੈਰਾ ਕੀਮੋ ਵਗੈਰਾ ਚਲਦੀ ਹੈ ਉਹ ਥੋੜ੍ਹੀ ਉਹ ਬਿਲਕੁਲ ਨੋਰਮਲ ਹੋ ਗਈ ਹੁਣ ਮੈਂ ਬਿਲਕੁਲ ਨੋਰਮਲ ਹੈ ਮੈਨੂੰ ਕੋਈ ਪ੍ਰੋਬਲਮ ਨਹੀਂ ਮੈਂ ਬਿਲਕੁਲ ਤੰਦਰੁਸਤ ਹਾਂ ਔਰ ਬਹੁਤ ਸਾਰੇ ਕੰਮ ਜੋ ਵੀ ਆਪਣੇ ਘਰ ਦੇ ਕੰਮ ਕਾਜ ਕਰਦਾ ਮੋਟਰਸਾਈਕਲ ਮੈਂ ਚਲਾ ਸਕਣਾ ਚੱਲ ਫਿਰ ਸਕਣਾ ਹੁਣ ਮੇਰੀ ਲੱਤ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਮੈਂ ਨੋਰਮਲ ਜ਼ਿੰਦਗੀ ਆਪਣੀ ਬਤੀਤ ਕਰ ਰਿਹਾ ਔਰ ਅਸੀਂ ਡਾਕਟਰ ਰਜਤ ਗੁਪਤਾ ਬਹੁਤ ਬਹੁਤ ਥੈਂਕ ਯੂ ਕਰਦੇ ਹਾਂ ਔਰ ਅਸੀਂ ਇਹ ਵੀ ਤੁਹਾਨੂੰ ਐਡਵਾਈਸ ਕਰ ਰਹੇ ਹਾਂ ਕਿਸੇ ਨੂੰ ਕੋਈ ਪ੍ਰੋਬਲਮ ਹੋਏ ਖਾਸ ਤੌਰ ਤੇ ਕੈਂਸਰ ਬੋਨ ਕੈਂਸਰ ਵਾਲੇ ਤੁਸੀਂ ਡਾਕਟਰ ਰਜਤ ਗੁਪਤਾ ਜ਼ਰੂਰ ਕੰਟੈਕਟ ਕਰੋ ਕਿਉਂਕਿ ਕਿਸੇ ਨੂੰ ਕੋਈ ਪ੍ਰੋਬਲਮ ਹੋਏ ਉਹ ਡੈਫੀਨੇਟਲੀ ਤੁਹਾਡੀ ਹੈਲਪ ਕਰਨਗੇ ਤੇ ਅਸੀਂ ਡਾਕਟਰ ਰਜਤ ਗੁਪਤਾ ਬਹੁਤ ਬਹੁਤ ਥੈਂਕ ਯੂ ਵੈਰੀ ਮੱਚ ਕਰਦੇ ਹਾਂ ਜੀ।